शहीद आजम भगत सिंह जी के परिवार के विचों शहीद आजम भगत सिंह जी के ब्रदर के भतीजी जी ने कि अज उस परिवार के विचों आशीर्वाद मिले एक जरिया जिस परिवार की बहुत वड्डी देन है इस देश नू और साड़ी कौम नू साड़े लोगों शहीद आजम भगत सिंह जी तो अज दीदी सेवा करन आए ने ਤੁਹਾਨੂੰ ਮੇਨ ਮੇਰਾ ਮਿਲਣ ਦਾ ਪਰਪਸ ਇਹ ਸੀਗਾ ਜੀ ਇਹ ਸੀਗੇ ਜੀ ਮੇਰੇ ਫਾਦਰ ਸਾਹਿਬ ਜਿਹੜੇ ਉਹਨਾਂ ਦੇ ਨੈਫਿਊ ਜੀ ਤੇ ਅਸੀਂ ਇੱਕ NGO ਮੇਰੇ ਫਾਦਰ ਰਨ ਕਰ ਰਹੇ ਸੀਗੇ ਜੀ ਜੀ ਤੇ ਚਲੋ ਹੁਣ ਮੈਂ ਟੇਕ ਕੇਅਰ ਕਰ ਰਹੀ ਹਾਂ ਤੇ ਇੱਕ ਮੇਰਾ ਬ੍ਰਦਰ ਸੀਗਾ ਜੀ ਇਹ ਮੇਰੇ ਗ੍ਰੈਂਡਫਾਦਰ ਜਿਹੜੇ ਦਾ ਛੋਟੇ ਬ੍ਰਦਰ ਸੀਗੇ ਜੀ ਠੀਕ ਹੈ ਜੀ ਤੇ ਅਭੀ ਤੇਜ ਯੂਥ ਆਈਕਨ ਤੇ ਵੀ ਲੋਸਟ ਹਿਮ ਕਪਲ ਆਫ ਇਅਰਸ ਬੈਕ ਜੀ ਤੇ ਮੈਨੂੰ ਜੋ ਥੋੜਾ ਪਤਾ ਲੱਗਿਆ ਤਾਂ ਮੈਨੂੰ ਸੀਗਾ ਕਿ ਯੂ ਨੋ ਵੀ ਛੋਟੇ ਵਰਗੇ ਯੂਥ ਨੂੰ ਜ਼ਰੂਰ ਇਨਸਪਾਇਰ ਕਰਨਾ ਚਾਹੀਦਾ ਜੀ ਜੀ ਤੇ ਇਹ ਉਹਨਾਂ ਦੀ ਓਰੀਜਨਲ ਹੈਂਡ ਰਾਈਟਿੰਗ ਹੈ ਜੀ ਜਿਹੜੀ ਉਹਨਾਂ ਨੇ ਜੇਲ੍ਹ 'ਚ ਡਾਇਰੀ ਲਿਖੀ ਸੀਗੀ ਜੀ ਤੇ ਇਹ ਫੈਮਿਲੀ ਨੇ ਨਾ ਪੂਰੀ ਜੀ ਉਹ ਕਰਾਈ ਹੈ ਕਿ ਯੂ ਨੋ ਸੋ ਦੈਟ ਲੋਕ ਪੜ੍ਹ ਸਕਣ ਉਹਨਾਂ ਬਾਰੇ ਜਿਹੜੀ ਉਹਨਾਂ ਦੀ ਓਰੀਜਨਲ ਪਿਕਚਰ ਸੀਗੀਆਂ ਇਹ ਫੈਮਿਲੀ ਜੀ ਸਾਡੇ ਚਾਚਾ ਜੀ ਪਰਦਾਦਾ ਜੀ ਪਰਦਾਦੀ ਜੀ ਜਿਹੜਾ ਵੀ ਉਹਨਾਂ ਦਾ ਕੁਛ ਲਿਟਰੇਚਰ ਸੀਗਾ ਸਾਡੇ ਕੋਲ ਤੇ ਅਸੀਂ ਸਾਡੇ ਸਕੂਲ ਕਾਲਜਿਸ ਜਿੱਥੇ ਬੱਚੇ ਪੜ੍ਹਨਾ ਚਾਹੁੰਦੇ ਆ ਉਹ ਪੰਜਾਬ ਇਹ ਪੰਜਾਬੀ 'ਚ ਵੀ ਅਸੀਂ ਕਰਾਇਆ ਹੋਇਆ ਹੋਰ ਵੀ ਬਹੁਤ ਲੈਂਗੁਏਜਿਸ 'ਚ ਹੈ ਦਿਸ ਇਜ਼ ਫੋਰ ਯੂ ਜੀ ਥੈਂਕ ਯੂ ਜੀ ਤੁਹਾਡਾ ਇੱਥੇ ਐਂਡ ਦਿਸ ਇਜ਼ ਨਥਿੰਗ ਇਹ ਮੈਂ ਲਵਾਉਣਾ ਤੁਹਾਡੀ ਮੈਂ ਸੇਵਾ ਲਵਾਉਣਾ ਇਹ ਮੈਂ 2 ਮਿੰਟ 'ਚ ਲਵਾਉਣਾ ਪਰ ਮੇਰੇ ਲਈ ਇਹ ਬਹੁਤ ਵੱਡੀ ਗੱਲ ਹੈ ਤੁਸੀਂ ਇੱਥੇ ਆਏ ਹੋ ਔਰ ਤੁਹਾਨੂੰ ਇਸ ਕੰਮ 'ਚ ਕਿਤੇ ਵੀ ਕੋਈ ਸਾਡੀ ਲੋੜ ਹੈ ਅਸੀਂ ਆਲ ਇਨ ਆ ਮੇਰਾ ਪਰਪਸ ਹੀ ਇੱਥੇ ਆਉਂਦਾ ਸੀ ਕਿ ਆਈ ਸੋ ਦਾ ਯੂਥ ਤੇ ਮੈਨੂੰ ਸੀ ਕਿ ਬਹੁਤ ਵਧੀਆ ਮੈਸੇਜ ਹੈ ਜੀ ਥੈਂਕ ਯੂ ਇਦਾਂ ਬੜਾ ਡਿਫਿਕਲਟ ਹੈ ਅਜੇ ਟਾਈਮ 'ਚ ਨਾ ਸਭ ਨੂੰ ਕੈਨੇਡਾ ਚਲੇ ਜਾਈਏ ਨਹੀਂ ਇਹ ਤੇ ਹੁਣ ਮੇਰੇ ਮਦਰ ਇਕੱਲੇ ਆ ਤੇ ਮੈਨੂੰ ਚੰਡੀਗੜ੍ਹ ਉਹਨਾਂ ਨੂੰ ਟੇਕ ਕੇਅਰ ਕਰਨਾ ਹੁੰਦਾ ਕੋਈ ਸਾਡੀ ਫੈਮਿਲੀ ਰਿਸਪੌਂਸਿਬਿਲਟੀਜ਼ ਉੱਥੇ ਨੇ ਬੇਟਾ ਮੇਰਾ ਛੋਟਾ ਹੈ ਤੇ ਅਸੀਂ ਉਹ ਉੱਥੇ ਪੜ੍ਹ ਰਹੇ ਆ ਜੀ ਜੀ ਬਟ ਅਸੀਂ ਮੇਡ ਸ਼ੋਰ ਕਿ ਅਸੀਂ ਆਈਏ ਤੇ ਨਹੀਂ ਇਟ ਇਜ਼ ਹੈਪਨਿੰਗ ਐਂਡ ਸੋ ਗੁੱਡ ਟੂ ਸੀ ਕਿ ਤੁਹਾਡੇ ਵਰਗੇ ਯੂ ਨੋ ਯੰਗ ਮੁੰਡੇ ਲੱਗੇ ਹੋਏ ਆ ਤੇ ਕਿੰਨਾ ਹੈਲਪ ਕਰ ਰਹੇ ਹੋ ਤੁਸੀਂ ਥੈਂਕ ਯੂ ਸੋ ਮਚ ਹਿਊਮੈਨਿਟੀ ਨੂੰ ਥੈਂਕ ਯੂ ਆਈ ਵਿਲ ਸੀ ਯੂ ਇਨ ਪੀਸ ਜੀ 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 ਪੱਕਾ ਜੀ ਪੱਕਾ ਪੱਕਾ ਮੈਂ ਤੁਹਾਨੂੰ ਆਪਣਾ ਨੰਬਰ ਦਊਂਗਾ ਜੀ ਫਰਾਈਡੇ ਸੈਟਰਡੇ ਸੰਡੇ ਸੀ ਲੁਧਿਆਣੇ ਹੁੰਦੇ ਆ ਤੇ ਵੈਨੈਵਰ ਅਸੀਂ ਉਹ ਫਿਗਰ ਆਊਟ ਕਰਾਂਗੇ ਅੱਜ ਤੋਂ ਮੈਂ ਤੁਹਾਡਾ ਬਹੁਤ ਟਾਈਮ ਜੀ 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 ਨਹੀਂ ਮੈਂ ਸਤਿ ਸ਼੍ਰੀ ਅਕਾਲ ਜੀ ਅੱਜ ਬਹੁਤ ਇੱਕ ਸਾਡੇ ਲਈ ਬਹੁਤ ਵੱਡੀ ਗੱਲ ਆ ਅੱਜ ਸ਼ਹੀਦ ਆਜਮ ਭਗਤ ਸਿੰਘ ਜੀ ਦੇ ਪਰਿਵਾਰ ਦੇ ਵਿੱਚੋਂ ਇਹ ਦੀਦੀ ਉਹਨਾਂ ਦੇ ਸ਼ਹੀਦ ਆਜਮ ਭਗਤ ਸਿੰਘ ਜੀ ਦੇ ਬ੍ਰਦਰ ਦੇ ਭਤੀਜੀ ਜੀ ਨੇ ਤੇ ਇਸ ਤੋਂ ਵੱਡੀ ਮੈਨੂੰ ਲੱਗਦਾ ਕਿ ਮੇਰੇ ਲਈ ਕੋਈ ਅਚੀਵਮੈਂਟ ਹੋ ਨਹੀਂ ਸਕਦੀ ਹੋਰ ਸਾਡੀ ਟੀਮ ਲਈ ਕਿ ਅੱਜ ਉਸ ਪਰਿਵਾਰ ਦੇ ਵਿੱਚੋਂ ਆਸ਼ੀਰਵਾਦ ਮਿਲਿਆ ਏਕ ਜ਼ਰੀਆ ਨੂੰ ਜਿਸ ਪਰਿਵਾਰ ਦੀ ਬਹੁਤ ਵੱਡੀ ਦੇਣ ਹੈ ਇਸ ਦੇਸ਼ ਨੂੰ ਔਰ ਸਾਡੀ ਕੌਮ ਨੂੰ ਸਾਡੇ ਲੋਕਾਂ ਨੂੰ ਸ਼ਹੀਦ ਆਜਮ ਭਗਤ ਸਿੰਘ ਜੀ ਤੇ ਅੱਜ ਦੀਦੀ ਸੇਵਾ ਕਰਨ ਆਏ ਨੇ ਉਹਨਾਂ ਦੀ ਖੁਦ ਹੈਂਡ ਰਾਈਟਿੰਗ ਜਿਹੜੀ ਉਹਨਾਂ ਦੇ ਵੱਲੋਂ ਸ਼ਹੀਦ ਆਜਮ ਭਗਤ ਸਿੰਘ ਜੀ ਵੱਲੋਂ ਖੁਦ ਲਿਖੀ ਗਈ ਜਿਹੜੀ ਰਾਈਟਿੰਗ ਹੈ ਉਹਨਾਂ ਦੀ ਮੈਨੂੰ ਬੁੱਕ ਇਹਨਾਂ ਨੇ ਆਨਰ ਕੀਤੀ ਹੈ ਤੇ ਮੈਨੂੰ ਲੱਗਦਾ ਕਿ ਏਕ ਜ਼ਰੀਆ ਟੀਮ ਸਾਰੀ ਦੇ ਲਈ ਇਹ ਬਹੁਤ ਵੱਡੀ ਅਚੀਵਮੈਂਟ ਹੈ ਔਰ ਅੱਜ ਖੁਦ ਦੀਦੀ ਇਸ NGO ਦੇ ਵਿੱਚ ਯੋਗਦਾਨ ਪਾਉਣ ਆਏ ਨੇ ਅਸਲ ਦੇ ਵਿੱਚ ਸ਼ਹੀਦ ਆਜਮ ਭਗਤ ਸਿੰਘ ਦੇ ਖੂਨ ਦੀ ਝਲਕਦੀ ਹੈ ਨਾ ਝਲਕ ਇਹ ਹੈ ਕਿ ਚੰਗੇ ਕੰਮ ਹੁੰਦੇ ਨੂੰ ਦੇਖ ਕਿਵੇਂ ਐਪਰੀਸ਼ੀਏਟ ਕਰਨ ਆ ਗਏ ਆਪਣਾ ਯੋਗਦਾਨ ਪਾਉਣ ਆ ਗਏ ਇਹ ਬਹੁਤ ਵੱਡੀ ਗੱਲ ਹੈ ਮੈਮ ਥੈਂਕ ਯੂ ਬਹੁਤ ਦਿਲੋਂ ਖੁਸ਼ੀ ਹੋ ਰਹੀ ਹੈ ਕਿਉਂਕਿ ਅਸੀਂ ਤਾਂ ਇੱਕ ਪਿੱਠ ਤੇ ਇਕੱਲੀ ਸ਼ਾਬਾਸ਼ੀ ਦੇ ਬੜੇ ਭੁੱਖੇ ਹਾਂ ਬਹੁਤ ਬਹੁਤ ਵਧੀਆ ਜੀ ਐਟਲੀਸਟ ਤੁਹਾਡੇ ਵਰਗੇ ਯੂਥ ਕੋਲ ਇੱਕ ਵਿਜ਼ਨ ਹੈ ਨਾ ਕਲੈਰਿਟੀ ਐਂਡ ਸਾਰੇ ਹੁੰਦੇ ਜਿਹਨੇ ਲੱਗਿਆ ਜੇ ਮੈਨੂੰ ਲੱਗਦਾ ਮੈਂ ਤੁਹਾਡੇ ਕੰਮ ਆ ਸਕਦਾ ਤਾਂ ਪਲੀਜ਼ ਮੇਰਾ ਨੰਬਰ ਤੁਹਾਡੇ ਕੋਲ ਹੈਗਾ ਨਹੀਂ ਨਹੀਂ ਮੈਮ ਤੁਸੀਂ ਜਿਨ੍ਹਾਂ ਦੇ ਪਰਿਵਾਰ ਚੋਂ ਮੈਨੂੰ ਲੱਗਦਾ ਕਿ ਇਹ ਤਾਂ ਜੀ ਪੁਸ਼ਤਾਂ ਤੱਕ ਵੀ ਜਦੋਂ ਇਹ ਖੂਨ ਨਹੀਂ ਡਿਊਟੀ ਆ ਤੇ ਅਸੀਂ ਵਿਲ ਕੀਪ ਡੂਇੰਗ ਦਿਸ ਬਟ ਇਟ ਇਸ ਸੋ ਗੁੱਡ ਟੂ ਸੀ ਕਿ ਯੂ ਨੋ ਗਰਾਊਂਡ ਰਿਐਲਿਟੀ ਤੇ ਕੰਮ ਹੁੰਦਾ ਦੇਖ ਕੇ ਥੈਂਕ ਯੂ ਸੋ ਮਚ ਮੈਮ ਹਮੇਸ਼ਾ ਤੁਹਾਡੇ ਨਾਲ ਤੁਸੀਂ ਕਿਸੇ ਵੀ ਟਾਈਪ ਦੀ NGO ਚ ਕੁਝ ਵੀ ਕਰਨਾ ਚਾਹੁੰਦੇ ਸਭ ਤੋਂ ਪਹਿਲੇ ਨੰਬਰ ਤੇ ਸਾਡਾ ਨਾਮ ਲਿਖ ਲਓ ਅਸੀਂ ਆਲ ਇਨ ਮੈਂ ਤੁਹਾਨੂੰ ਆਪਣਾ ਪਰਸਨਲ ਨੰਬਰ ਵੀ ਦੇ ਦਿੰਦਾ ਹੁਣੇ ਤੁਸੀਂ ਪਲੀਜ਼ ਮੇਰੇ ਨਾਲ ਇਨ ਟੱਚ ਰਹਿਓ ਭਾਜੀ ਆਪਾਂ ਜਿਹੜੀ ਉਹ ਡਿਸਕਸ਼ਨ ਹੈ ਨਾ ਕਿਸੇ ਦਿਨ ਪੀਸ ਹਾਂਜੀ 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 ਸ਼ੋਰ ਤੁਸੀਂ ਸਾਡੇ ਸਟੂਡੀਓ ਆ ਜਾਓ ਮੈਂ ਪੋਡਕਾਸਟਿੰਗ ਦਾ ਵੀ ਤੁਹਾਡੇ ਨਾਲ ਪਲਾਨ ਸੋਚਿਆ ਸੀਗਾ ਪਰ ਉਹ ਕਿਸੇ ਥੋੜਾ ਕਰਕੇ ਹੋ ਨਹੀਂ ਪਾਇਆ ਪਰ ਦੁਬਾਰਾ ਕਰਾਂਗੇ ਪਲਾਨ ਭਾਜੀ ਤੁਸੀਂ ਨੰਬਰ ਦੇ ਦਿਓ ਭਾਜੀ ਨੂੰ ਮੇਰਾ ਪਰਸਨਲ ਤੇ ਕੋਆਰਡੀਨੇਟ ਕਰ ਲਓ ਤੇ ਇਹਨਾਂ ਦੀ ਸੇਵਾ ਲਵਾ ਦਿਓ ਠੀਕ ਹੈ ਓਕੇ ਹਾਂਜੀ ਹਾਂਜੀ ਲਵਾਉਂਦੇ ਇੱਕ ਮਿੰਟ ਥੈਂਕ ਯੂ ਭਾਜੀ ਥੈਂਕ ਯੂ ਦੀਦੀ ਥੈਂਕ ਯੂ ਦੀਦੀ ਥੈਂਕ ਯੂ